ਕਰੋਨਾ ਵਾਇਰਸ ਦੇ ਹਮਲੇ ਅਤੇ ਬਚਾਓ ਦੇ ਲਈ ਭਾਰਤ ਭਰ ਦੇ ਵਿੱਚ ਇੱਕ ਤਰ੍ਹਾਂ ਨਾਲ ਲੋਕਡਾਊਨ ਚੱਲ ਰਿਹਾ। ਇਸ ਲੋਕਡਾਊਨ ਨੂੰ ਕਾਰਗਰ ਬਣਾਉਣ ਦੇ ਲਈ ਕਈ ਪ੍ਰਦੇਸ਼ਾਂ ਦੇ ਵਿੱਚ ਕਰਫਿਊ ਵੀ ਲਾ ਦਿੱਤਾ ਗਿਆ, ਜਿਨ੍ਹਾਂ ਵਿੱਚੋਂ ਪੰਜਾਬ ਇੱਕ ਹੈ। ਇਸ ਕਰਫਿਊ ਦੇ ਦੌਰਾਨ ਲੋਕਾਂ ਨੂੰ ਕੋਈ ਦੁੱਖ ਤਕਲੀਫ ਨਾ ਆਵੇ, ਪੰਜਾਬ ਸਰਕਾਰ ਅਤੇ ਵੱਖ ਵੱਖ ਜ਼ਿਲ੍ਹਿਆਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਰਾਸ਼ਨ, ਸਬਜ਼ੀ ਅਤੇ ਹੋਰ ਲੋੜੀਂਦੀਆਂ ਸੇਵਾਵਾਂ ਦੇਣ ਦੇ ਲਈ ਅਲੱਗ ਅਲੱਗ ਵਿੰਗ ਬਣਾਏ ਗਏ ਨੇ। ਰੇਡੀਓ ਪੰਜਾਬ ਟੁਡੇ ਦੀ ਟੀਮ ਨੇ ਬਠਿੰਡਾ ਸ਼ਹਿਰ ਦਾ ਦੌਰਾ ਕੀਤਾ, ਸਬਜ਼ੀ ਮੰਡੀ ਦੇ ਵਿੱਚ ਗਏ, ਸਬਜ਼ੀ ਮੰਡੀ ਦੇ ਵਪਾਰੀਆਂ ਦੇ ਨਾਲ ਗੱਲਬਾਤ ਕੀਤੀ। ਉਸ ਤੋਂ ਇੱਕ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਹਾਲ ਦੀ ਘੜੀ ਕਿਸੇ ਵੀ ਚੀਜ਼ ਦੀ ਤੋਟ ਨਹੀਂ ਹੈ, ਪਰ ਜੇਕਰ ਇਹ ਕਰਫਿਊ ਜਾਂ ਇਹ ਸ਼ਹਿਰਬੰਦੀ ਜਾਂ ਸਮਾਜਬੰਦੀ ਲੰਮਾ ਸਮਾਂ ਚੱਲਦੀ ਹੈ ਤਾਂ ਅਵੱਸ਼ ਇਸ ਦੀ ਕਮੀ ਆ ਸਕਦੀ ਹੈ, ਜਿਸ ਦੇ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਰਕਾਰ ਨੂੰ ਲੋੜੀਂਦੇ ਕਦਮ ਚੁੱਕ ਲੈਣੇ ਚਾਹੀਦੇ ਨੇ। ਸੋ ਰੇਡੀਓ ਪੰਜਾਬ ਟੁਡੇ ਨੇ ਇੱਥੋਂ ਦੇ ਵਪਾਰੀਆਂ ਨਾਲ ਗੱਲਬਾਤ ਕੀਤੀ, ਇੱਥੋਂ ਦੀ ਸਬਜ਼ੀ ਮੰਡੀ ਦਾ ਜਾਇਜ਼ਾ ਲਿਆ ਅਤੇ ਇਹ ਦੇਖਣ ਦੇ ਵਿੱਚ ਪਤਾ ਚੱਲਿਆ ਕਿ ਜਿਹੜੀਆਂ ਹਰੀਆਂ ਸਬਜ਼ੀਆਂ ਨੇ ਉਹ ਤਾਂ ਬਾਸੀਆਂ ਹੋ ਚੱਲੀਆਂ ਨੇ ਜਾਂ ਕਈ ਗਲਣੀਆਂ ਸ਼ੁਰੂ ਹੋ ਗਈਆਂ ਨੇ, ਪਰ ਪਿਆਜ਼, ਲਸਣ, ਅਦਰਕ ਇਹ ਮੁਹੱਈਆ ਕਰਵਾਇਆ ਜਾ ਰਿਹਾ। ਉੱਥੇ ਹੀ ਇੱਕ ਗੱਲ ਨੂੰ ਜ਼ਰੂਰ ਇਹ ਵੀ ਵੇਖਣ 'ਚ ਆਈ ਹੈ ਕਿ ਫਰੂਟ ਜਿੰਨਾ ਵੀ ਇੱਥੇ ਪਿਆ ਵੱਧ ਤੋਂ ਵੱਧ ਫਰੂਟ ਸਪਲਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਇਹ ਫਰੂਟ ਅੰਦਰ ਪਿਆ ਗਲ ਨਾ ਜਾਵੇ। ਇਸ ਦੇ ਨਾਲ ਜਿੱਥੇ ਵਪਾਰੀਆਂ ਨੂੰ ਫਾਇਦਾ ਹੋ ਰਿਹਾ ਉੱਥੇ ਲੋਕ ਵੀ ਖਰੀਦਦਾਰੀ ਕਰ ਰਹੇ ਨੇ। ਪਰ ਇੱਕ ਹੋਰ ਪਹਿਲੂ ਜਿਹੜਾ ਉੱਭਰ ਕੇ ਸਾਹਮਣੇ ਆਇਆ ਕਿ ਮਜ਼ਦੂਰ ਜਿਹੜੇ ਨੇ ਟਰਾਲੀਆਂ ਦੇ ਉੱਤੇ ਕੰਮ ਕਰਨ ਵਾਲੇ ਉਹ ਔਸਤਨ ਦਿਹਾੜੀ ਜਿਹੜੀ 400 ਤੋਂ 450 ਰੁਪਏ ਹੁੰਦੀ ਆ ਉਹ 1000 ਰੁਪਇਆ ਮੰਗ ਰਹੇ ਨੇ। ਮਤਲਬ ਕਿ ਜਿੰਨਾ ਤੁਸੀਂ ਰੇਟ ਇੱਥੋਂ ਦਿੰਦੇ ਹੋ ਉਹ ਵਿੱਚ ਪਾ ਲੈਂਦੇ 4500 ਵਿੱਚ। ਅੱਛਾ, 4500 ਤੋਂ 5000 ਪੈ ਗਿਆ। ਮਤਲਬ ਕਿ ਜਿਵੇਂ ਥੋਕ ਚ ਪਿਆਜ਼ ਦਾ ਕੀ ਰੇਟ ਹੈ ਤੁਹਾਡੇ ਕੋਲੇ? ਥੋਕ ਪਿਆਜ਼ ਦਾ ਰੇਟ ਹੈਗਾ 27 ਕੁਆਲਿਟੀ ਦੇ ਹਿਸਾਬ ਨਾਲ 26 ਤੋਂ ਲੈ ਕੇ 28 ਰੁਪਏ ਕਿਲੋ ਤੱਕ ਥੋਕ ਚ। ਤੇ ਪ੍ਰਚੂਨ ਚ ਕੀ ਜਾ ਰਿਹਾ ਜੀ? 35 ਰੁਪਏ ਕਿਲੋ ਪਿਆਜ਼ ਤੇ 25 ਰੁਪਏ ਕਿਲੋ ਆਲੂ। 25 ਰੁਪਏ ਕਿਲੋ ਆਲੂ ਰਿਟੇਲ ਚ ਇਹਨਾਂ ਦਾ ਰੇਟ ਹੈ, ਸਰਕਾਰ ਨੇ ਬੰਨਤਾ। ਅੱਛਾ ਜੀ, ਮਜ਼ਦੂਰ ਕਿੰਨੇ ਰੁਪਏ ਦਿਹਾੜੀ ਲੈ ਰਿਹਾ ਤੁਹਾਡੇ ਤੋਂ? ਮਜ਼ਦੂਰ ਯਹਾਂ ਸੇ 5 ਰੁਪਏ ਨਗਲ ਨਾ ਦਿਹਾੜੀ ਆਪਕੇ ਸਾਥ ਚਲਤਾ ਹੈ ਜੋ ਕੈਸੇ ਕਰਤੇ ਹੋ? ਬਸ ਕਿਲੋ ਪਰ 5-7 ਰੁਪਏ ਸੇ ਲੇਤੇ ਹੈ ਜੀ। ਅੱਛਾ, ਪਿਆਜ਼ ਮੇਂ ਔਰ ਸਬਜ਼ੀ ਮੇਂ 10 ਰੁਪਏ ਪ੍ਰੋਫਿਟ। 10 ਰੁਪਏ ਪ੍ਰੋਫਿਟ ਕਿਲੋ ਕੇ ਰੇ ਜੀ। ਅੱਛਾ, ਜੋ ਵੀ ਸਬਜ਼ੀ ਔਰ ਫਰੂਟ ਮੇਂ? ਫਰੂਟ ਕੇ ਹਮ ਲੋਗ ਨਹੀਂ ਕਹਿ ਸਕਦੇ ਜੀ। ਅੱਛਾ ਠੀਕ ਹੈ। ਬੇਸ਼ੱਕ ਸਰਕਾਰ ਵੱਲੋਂ ਕੀਤੇ ਗਏ ਇਹਨਾਂ ਇੰਤਜ਼ਾਮਾਂ ਦੇ ਵਿੱਚ ਇੱਕ ਟਰਾਲੀ ਦਾ ਖਰਚਾ 4500 ਤੋਂ 5000 ਰੁਪਏ ਤੈਅ ਕਰਕੇ ਉਹਦੇ ਉੱਤੇ ਕੋਈ 10% ਮੁਨਾਫਾ ਇਹਨਾਂ ਟਰਾਲੀ ਵਾਲਿਆਂ ਨੂੰ ਦੇਣ ਦੀ ਗੱਲ ਸਾਹਮਣੇ ਆਈ ਹੈ। ਪਰ ਕੁਝ ਅਜਿਹੇ ਲੋਕ ਵੀ ਨੇ ਜਿਨ੍ਹਾਂ ਨੇ ਬਾਜ਼ਾਰ ਦੇ ਵਿੱਚੋਂ ਪਹਿਲਾਂ ਖਰੀਦ ਕਰਕੇ ਕਾਲਾ ਬਾਜ਼ਾਰੀ ਸ਼ੁਰੂ ਕਰ ਦਿੱਤੀ ਹੈ। ਪਿੱਛੋਂ ਸਟੋਕ ਬਿਲਕੁਲ ਨਹੀਂ ਆ ਰਿਹਾ, ਜਿਹੜੇ ਪਿੱਛੋਂ ਲੋਕ ਡਰੇ ਹੋਏ ਆ, ਜਿਹੜੇ ਮਾਲ ਲੋਡ ਕਰਦੇ ਆ ਸਾਡੇ ਜਾਂ ਡਰਾਈਵਰ ਆ ਵਗੈਰਾ, ਉਹ ਕਹਿੰਦੇ ਸਾਨੂੰ ਕੋਈ ਪਾਸ ਵਗੈਰਾ ਦਿਓ, ਜਿਹੜੇ ਸਾਡੇ ਵਟਸਐਪ 'ਤੇ ਭੇਜੋ ਉਹ ਅਸੀਂ ਗਾਂਹ ਜਿਹੜੇ ਪੁਲਿਸ ਵਾਲੇ ਰੋਕਦੇ ਉਹਨਾਂ ਨੂੰ ਦਿਖਾਈਏ, ਫਿਰ ਉਹ ਸਾਨੂੰ ਗੱਡੀ ਭਰਨ ਦੇ ਰਹੇ ਆ। ਸਬਜ਼ੀ ਵਗੈਰਾ ਤਾਂ ਜਿਹੜੇ ਕਿਸਾਨ ਆ ਉਹ ਕਹਿੰਦੇ ਸਬਜ਼ੀ ਸਾਡੇ ਵੱਲੋਂ ਸਾਨੂੰ ਕੋਈ ਦਿੱਕਤ ਨਹੀਂ ਆ ਰਹੀ, ਪਰ ਦਿੱਕਤ ਆ ਰਹੀ ਹੈ ਜਿਹੜੀ ਟਰਾਂਸਪੋਰਟ, ਕਿਉਂਕਿ ਕੋਈ ਵੀ ਮਾਲ ਗੱਡੀ ਲੈ ਕੇ ਨਹੀਂ ਆ ਰਿਹਾ ਡਰਾਈਵਰ ਡਰਦੇ ਮਾਰੇ। ਉਹ ਕਹਿੰਦੇ ਸਾਨੂੰ ਪਾਸ ਦੇ ਦਿਓ, ਗੱਡੀ ਅਵੇਲੇਬਲ, ਸਬਜ਼ੀ ਸਭ ਕੁਛ ਹੋ ਜਾਊਗਾ, ਬਟ ਪਾਸ ਹੋਣੇ ਜ਼ਰੂਰੀ ਆ।
ਜਿਹੜਾ ਹੁਣ ਤੁਹਾਡੇ ਕੋਲ ਪਿਆਜ਼ ਹੈ ਬਾਹਰੋਂ ਆ ਰਿਹਾ, ਲਸਣ ਬਾਹਰੋਂ ਆ ਰਿਹਾ, ਇਹਦੀ ਸਥਿਤੀ ਕੀ ਹੈ ਸਰ ਜੀ? ਪਿੱਛੋਂ ਜਿਵੇਂ ਇੱਕਦਮ ਜਦੋਂ ਜਿਵੇਂ ਆਪਾਂ ਕਹਿੰਦੇ ਹਾਂ ਪਿੱਛੋਂ ਬੰਦ ਕਰ ਦਿੱਤਾ ਗਿਆ, ਕਰਫਿਊ ਲਗਾ ਦਿੱਤਾ ਗਿਆ ਹਰੇਕ ਤਰਫ, ਹਰ ਇੱਕ ਤਰਫ ਕਟਾਈਆਂ ਬਿਜਾਈਆਂ ਸਭ ਬੰਦ ਹੋ ਚੁੱਕੀਆਂ ਇਸ ਟਾਈਮ। ਜਿੰਨਾ ਸਟੋਕ ਸੀਗਾ ਜਿਹੜਾ ਰੋੜਾ 'ਤੇ ਸੀ ਉਹੀ ਪਹੁੰਚਿਆ ਮੰਡੀ 'ਚ, ਹੁਣ ਇਸ ਟਾਈਮ ਕਿੱਥੋਂ ਲੋਡਿੰਗ ਨਹੀਂ ਹੋ ਰਹੀ ਨਾ ਅਨਲੋਡ ਹੋ ਰਿਹਾ ਕਿੱਥੋਂ, ਸਭ ਮਾਲ ਜਿੱਥੇ ਪਹੁੰਚਣੇ ਸੀ ਉਹ ਪਹੁੰਚ ਗਏ ਔਰ ਅਦਰਵਾਈਜ਼ ਮਾਲ ਨਹੀਂ ਆ ਰਿਹਾ। ਕੀ ਪ੍ਰਸ਼ਾਸਨ ਨੂੰ ਤੁਸੀਂ ਕਿਹਾ ਕਿ ਇੱਥੇ ਮਾਲ ਪੁੱਛਦਾ ਕਰੋ? ਤੁਹਾਡੇ ਕੋਲ ਕਿੰਨੇ ਦਿਨਾਂ ਦਾ ਸਟਾਕ ਹੈਗਾ ਜਿਸ ਢੰਗ ਨਾਲ ਸਪੀਡ ਚੱਲ ਰਹੀ ਹੈ? ਨਹੀਂ ਇਸ ਟਾਈਮ ਤਾਂ ਤੁਹਾਨੂੰ ਸਹੀ ਦੱਸਿਆ, ਜਿਹੜੇ ਪ੍ਰਸ਼ਾਸਨ ਸਾਡੇ ਜਿਹੜੇ SDO ਸਾਹਿਬ ਹੈ ਜਾਂ ਸਾਰੇ, ਇਹ ਬਹੁਤ ਸਾਥ ਦੇ ਰਿਹਾ ਸਾਡਾ, ਸਭ ਬਹੁਤ ਜ਼ਿਆਦਾ ਸਾਰਾ ਦਿਨ ਹੀ ਵਰਕ ਕਰਿਆ ਇਸ ਟਾਈਮ ਵੀ ਆਪਦੇ ਔਫਿਸ 'ਚ ਲੱਗੇ ਹੋਏ ਸੂਟ ਤੋਂ ਲੈ ਕੇ। ਇਹ ਸਾਡਾ ਇੰਤਜ਼ਾਮ ਕਰੀ, ਸਾਨੂੰ ਕਹਿੰਦੇ ਪਏ ਸਰ, ਕਹਿੰਦੇ ਕੋਈ ਨਾ ਕੋਈ ਇਲਾਜ ਕਰਦੇ ਆ ਤੁਹਾਡਾ ਸਾਰੇ, ਕਿਉਂਕਿ ਇਸ ਟਾਈਮ ਲੋਕਾਂ ਦੇ ਘਰਾਂ ਵਿੱਚ ਜਿਹੜੀ ਸਬਜ਼ੀ ਪਹੁੰਚਾ ਰਿਹਾ ਉਹਨਾਂ ਦਾ ਮੇਨ ਪ੍ਰੋਸੈਸ ਉਹ ਹੈ, ਮੇਨ ਪ੍ਰੋਸੈਸ ਜਾਣੀ ਕਿ ਹਰੇਕ ਦੇ ਘਰੇ ਜਿੰਨਾ ਫੋਨ ਆ ਰਿਹਾ ਨਹੀਂ। ਜਿਸ ਢੰਗ ਨਾਲ ਸਪਲਾਈ ਜਾ ਰਹੀ ਹੈ ਤੁਹਾਡੇ ਕੋਲ ਮੰਡੀ 'ਚ ਇਸ ਟਾਈਮ ਕਿੰਨਾ ਸਟਾਕ ਹੋਊਗਾ ਪਿਆਜ਼ ਦਾ, ਗੰਢੇ ਦਾ, ਲਸਣ ਦਾ? ਦੇਖੋ ਪਿਆਜ਼ ਗੰਢੇ ਲਸਣ ਆਲੂ ਦਾ ਸਟੋਕ ਮੈਕਸੀਮਮ ਮੰਨ ਕੇ ਚੱਲੋ 4 ਦਿਨਾਂ ਦਾ ਜੀ, ਜਿਹੜੇ ਆਪਣੇ ਬ੍ਰਿੰਡ ਨੂੰ ਜਿਹੜੇ 4 ਦਿਨਾਂ ਦਾ ਸਟੋਕ ਅਵੇਲੇਬਲ ਹੈਗਾ। ਇਸ ਤੋਂ ਬਾਅਦ ਜੋ ਸਮੱਸਿਆ ਹੋਊਗੀ ਉਹ SDO ਸਾਹਿਬ ਅੱਜ ਇਲਾਜ ਕਰਨਗੇ ਸਰ। ਇਸ ਵਕਤ ਅਸੀਂ ਬਠਿੰਡਾ ਦੀ ਸਬਜ਼ੀ ਮੰਡੀ ਦੇ ਵਿੱਚ ਹੈ। ਇਹ ਸਬਜ਼ੀ ਮੰਡੀ ਜੇਕਰ ਆਖਿਆ ਜਾਵੇ ਤਾਂ ਇਸ ਇਲਾਕੇ ਦੀ ਸਭ ਤੋਂ ਵੱਡੀ ਸਬਜ਼ੀ ਮੰਡੀ ਹੈ। ਹਬੋਰ, ਮਲੋਟ, ਫਾਜ਼ਿਲਕਾ, ਇੱਧਰ ਮਾਨਸਾ ਨੂੰ ਤੱਕ ਨੂੰ ਜਿਹੜੀ ਹੈ ਇੱਥੋਂ ਥੋਕ ਦੇ ਵਿੱਚ ਸਬਜ਼ੀ ਜਾਂਦੀ ਹੈ। ਹੁਣੇ ਵਪਾਰੀਆਂ ਨਾਲ ਗੱਲ ਹੋ ਕੇ ਹਟੀ ਹੈ ਕਿ ਇੱਥੇ ਪਿਆਜ਼, ਲਸਣ, ਅਦਰਕ ਜਿਹਨੂੰ ਆਪਾਂ ਸੁੱਕਾ ਸਬਜ਼ੀਆਂ ਕਹਿ ਦਿੰਦੇ ਹਾਂ, ਉਹਨਾਂ ਦਾ ਸਟੋਕ ਤਾਂ ਲਗਭਗ 4 ਦਿਨਾਂ ਦਾ ਹੈ, ਪਰ ਦੂਜੇ ਪਾਸੇ ਜਿਹੜਾ ਵੇਖਣ ਨੂੰ ਮਿਲ ਰਿਹਾ ਕਿ ਤਾਜ਼ਾ ਸਬਜ਼ੀਆਂ ਗਲਣੀਆਂ ਸ਼ੁਰੂ ਹੋ ਗਈਆਂ ਨੇ, ਉਹ ਵਹੀਆਂ ਹੋ ਗਈਆਂ ਨੇ, ਉਹਨਾਂ ਦਾ ਸਟਾਕ ਲਗਭਗ ਖਤਮ ਹੈ। ਇੱਕੋ ਚੀਜ਼ ਹੈ ਕਿ ਸਰਕਾਰ ਨੂੰ ਐਸਾ ਇੰਤਜ਼ਾਮ ਕਰਨਾ ਚਾਹੀਦਾ ਕਿ ਜਿਹੜੇ ਟਰੱਕਾਂ ਵਾਲੇ ਨੇ ਉਹ ਸਬਜ਼ੀਆਂ ਢੋ ਸਕਣ, ਕਿਸਾਨਾਂ ਕੋਲ ਸਬਜ਼ੀ ਦੀ ਕਮੀ ਨਹੀਂ ਹੈ। ਸਰਕਾਰ ਨੂੰ ਪਟਵਾਰੀਆਂ ਦੇ ਜ਼ਰੀਏ, ਸਰਪੰਚਾਂ ਦੇ ਜ਼ਰੀਏ ਪਤਾ ਕਰ ਲੈਣਾ ਚਾਹੀਦਾ ਜਲਦ ਤੋਂ ਜਲਦ ਕਿ ਕਿਹੜਾ ਕਿਸਾਨ ਕੋਲ ਕਿਹੜੀ ਸਬਜ਼ੀ ਹੈ ਅਤੇ ਉਸਨੂੰ ਲੋੜੀਂਦਾ ਪਾਸ ਮੁਹੱਈਆ ਕਰਵਾ ਕੇ ਸਬਜ਼ੀਆਂ ਪੁੱਜਦੀਆਂ ਕਰਨੀਆਂ ਚਾਹੀਦੀਆਂ ਨੇ। ਨਹੀਂ, ਜਿਸ ਢੰਗ ਦੇ ਨਾਲ ਲੰਮੇ ਸਮੇਂ ਦੇ ਲਈ ਲੋਕਡਾਊਨ ਦੀ ਗੱਲ ਕਹੀ ਗਈ ਹੈ, ਲੰਮਾ ਸਮਾਂ ਇੱਕ ਤਰ੍ਹਾਂ ਨਾਲ ਬੰਦ ਰੱਖਣਾ, ਤਾਂ ਸਥਿਤੀ ਵਿਗੜ ਸਕਦੀ ਹੈ। ਹਾਲ ਦੀ ਘੜੀ ਸਥਿਤੀ ਬਿਲਕੁਲ ਠੀਕ ਹੈ, ਸਪਲਾਈ ਸਹੀ ਚੱਲ ਰਹੀ ਹੈ, ਲੋਕਾਂ ਨੂੰ ਘਰੋ ਘਰੀ ਅਨਾਜ, ਸਬਜ਼ੀਆਂ, ਰਾਸ਼ਨ ਮਿਲ ਰਿਹਾ। ਪਰ ਇੱਕੋ ਚੀਜ਼ ਦੇਖਣ ਨੂੰ ਮਿਲ ਰਹੀ ਹੈ ਕਿ ਟਰੱਕ ਬੰਦ ਨੇ, ਸਪਲਾਈ ਲਾਈਨ ਟੁੱਟਦੀ ਹੋਈ ਨਜ਼ਰ ਆ ਰਹੀ ਹੈ, ਜਿਹਦੇ ਲਈ ਕਿਸੇ ਤਰ੍ਹਾਂ ਦੀ ਵਿਉਂਤਬੰਦੀ ਨਹੀਂ ਦੇਖ ਰਹੀ। ਸੋ ਮੇਰੀ ਅਪੀਲ ਹੈ ਇਸੇ ਗੱਲ ਨੂੰ ਲੈ ਕੇ ਕਿ ਵਿਉਂਤਬੰਦੀ ਬਣਾਈ ਜਾਵੇ। ਖਬਰਾਂ ਕੁਛ ਆਈਆਂ ਨੇ ਕਿ ਕਿਸਾਨਾਂ ਨੂੰ ਮਟਰ ਤੋੜਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ, ਕਿਸਾਨਾਂ ਨੂੰ ਆਲੂ ਕੁੱਟਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ, ਇਸੇ ਤਰ੍ਹਾਂ ਕਿਸਾਨਾਂ ਨੂੰ ਹਰੇ ਚਾਰਾ ਵੱਢਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ, ਦੁੱਧ ਦੀ ਸਪਲਾਈ। ਹੁਣੇ ਮੇਰੀ ਗੱਲ ਹੋਈ ਸੀਗੀ ਇੱਕ ਦੁੱਧ ਦੀ ਸਪਲਾਈ ਕਰਨ ਵਾਲੇ ਵੈਨ ਦੇ ਡਰਾਈਵਰ ਦੇ ਨਾਲ, ਉਹ ਕਹਿੰਦਾ ਜੀ ਸਾਡੇ ਕੋਲ ਦੁੱਧ ਹੀ ਨਹੀਂ ਪੂਰਾ ਆ ਰਿਹਾ, ਬਾਕੀ ਜਿਹੜੇ ਦਹੀਂ, ਲੱਸੀ ਅਤੇ ਪਨੀਰ ਵਗੈਰਾ ਨੇ ਉਹ ਬਣਾਉਣੇ ਫਿਲਹਾਲ ਬਠਿੰਡਾ ਦੇ ਮਿਲਕ ਪਲਾਂਟ ਦੇ ਵਿੱਚ ਬੰਦ ਕਰ ਦਿੱਤੇ ਗਏ ਨੇ। ਜਿਵੇਂ ਕਿ ਫਿਰੋਜ਼ਪੁਰ ਤੋਂ ਕੱਲ੍ਹ ਮੈਂ ਚਰਚਾ ਕੀਤੀ ਸੀਗੀ ਕਿ ਫਿਰੋਜ਼ਪੁਰ ਕੋਲ ਕਿਸਾਨਾਂ ਦਾ ਦੁੱਧ ਉਹਨਾਂ ਨੂੰ ਡੋਲਣਾ ਪੈ ਰਿਹਾ, ਉਹਨਾਂ ਦੀ ਪਰਚੇਜ਼ ਨਹੀਂ ਹੋ ਰਹੀ, ਲਿਫਟਿੰਗ ਨਹੀਂ ਹੋ ਰਹੀ। ਇੱਕ ਸਿਸਟਮ ਬਣਾਉਣਾ ਪਏਗਾ, ਲੋਕ ਤਿਆਰ ਨੇ ਇਸ ਸਿਸਟਮ ਦੇ ਨਾਲ ਚੱਲਣ ਨੂੰ, ਲੋਕ ਤਿਆਰ ਨੇ ਘਰਾਂ ਦੇ ਵਿੱਚ ਬੈਠਣ ਨੂੰ, ਪਰ ਸਾਨੂੰ ਇੱਕ ਸਿਸਟਮ ਬਣਾ ਕੇ ਉਹਨਾਂ ਤੱਕ ਪੁੱਜਦਾ ਕਰਨਾ ਪਏਗਾ ਕਿ ਲੋਕਾਂ ਦੇ ਵਿੱਚ ਕਿਸੇ ਪ੍ਰਕਾਰ ਦਾ ਭੈ ਨਾ ਪੈਦਾ ਹੋਵੇ। ਮੈਨੂੰ ਸਵਰਨ ਸਿੰਘ ਦਾਨੇ ਵਾਲਿਆਂ ਨੂੰ ਫਿਲਹਾਲ ਦਿਓ ਇਜਾਜ਼ਤ, ਮੈਂ ਮੇਰੇ ਕੈਮਰਾਮੈਨ ਰਾਮ ਸਿੰਘ ਦਾ ਵੀ ਧੰਨਵਾਦ ਕਰਦਾ ਜਿਹੜੀ ਅਜਿਹੀ ਸਥਿਤੀ ਦੇ ਵਿੱਚ ਮੇਰਾ ਸਾਥ ਦੇ ਰਹੇ ਨੇ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਡੇ ਤੱਕ ਹਰ ਖਬਰ ਪੁੱਜਦੀ ਕਰੀਏ। ਧੰਨਵਾਦ।